फगवाड़ा शहर चोरों का गढ़ बनता जा रहा है। आए दिन ही चोरी दियां वारदातां वधदियां जा रही ने। इस तहत एक NRI की बिल्डिंग चोरों वालों समान चोरी किया गया, जिस चोर बिल्डिंग दियां सारियां टूटियां ला के फरार हो गए। इस संबंधी जानकारी दिंदिया जतिंदर कुमार ने दस्सिया कि उसके रिश्तेदार की बिल्डिंग है जिसका वह केयरटेकर है। जो उसने शाम को आके देखा तो घर चो सारियां टूटियां गायब सन, जिस तो बाद उन्होंने पुलिस को सूचित किया है। ਕੀ ਨਾਮ ਆਪਣਾ? ਜਤਿੰਦਰ ਕੁਮਾਰ ਬਾਲੀ। ਹਾਂਜੀ ਬਾਲੀ ਜੀ, ਕੀ ਮਾਮਲਾ ਹੈ? ਇਹ ਮੇਰੇ ਚਾਚਾ ਜੀ ਦੀ ਜਿਹੜੀ ਬਿਲਡਿੰਗ ਆ, ਮੈਂ ਇਹਦਾ ਕੇਅਰਟੇਕਰ ਹਾਂ ਅਤੇ ਮੈਂ ਕੱਲ੍ਹ ਸ਼ਾਮ ਸ਼ਾਮ ਨੂੰ ਆਣ ਕੇ ਦੇਖਿਆ ਅਤੇ ਇੱਥੇ ਮਤਲਬ ਸਾਰੀਆਂ ਟੂਟੀਆਂ ਲਾਈਆਂ ਹੋਈਆਂ ਸੀਗੀਆਂ ਅਤੇ ਮੈਂ ਸਵੇਰੇ ਕਾਲ ਕੀਤੀ ਆ ਅਤੇ ਉਸੇ ਵੇਲੇ ਗੁਰਮੀਤ ਸਿੰਘ ਜੀ ਆ ਗਏ ਆ ਅਤੇ ਆ ਕੇ ਇਹਨਾਂ ਨੇ ਚੈੱਕ ਕੀਤਾ ਆ ਅਤੇ ਬਾਕੀ ਜੋ ਵੀ ਹੈਗਾ ਆ ਹੁਣ ਇਹ ਜੋ ਬਣਦੀ ਕਾਰਵਾਈ ਉਹ ਕਰਨਗੇ। ਕੋਈ CCTV ਕੈਮਰੇ 'ਚ ਆਇਆ ਹੋਵੇ? ਕੋਈ CCTV ਕੈਮਰਾ ਨਹੀਂ। ਅਤੇ ਤੁਹਾਨੂੰ ਸਵੇਰੇ ਪਤਾ ਲੱਗਾ? ਮੈਂ ਰਾਤੀ ਆਇਆ ਸੀਗਾ, ਮੈਨੂੰ ਰਾਤੀ ਪਤਾ ਲੱਗਾ ਸੀਗਾ ਅਤੇ ਸਵੇਰੇ ਮੈਂ ਸਵੇਰੇ ਆ ਕੇ ਫੋਨ ਕਰਤਾ। ਸਾਰੇ ਕਿਸ ਰੋਡ ਦੇ ਉੱਪਰ ਦੁਕਾਨ? ਆਪਣਾ ਧਰਮਕੋਟ ਦੀ ਬੈਕ ਸਾਈਡ ਤੇ। ਉਧਰ ਪੁਲਿਸ ਮੌਕੇ ਤੇ ਪਹੁੰਚ ਕੇ ਤਫਤੀਸ਼ ਕਰ ਰਹੀ ਹੈ। ਸਬ ਇੰਸਪੈਕਟਰ ਗੁਰਮੀਤ ਸਿੰਘ ਥਾਣਾ ਸਿਟੀ ਪਵਾੜਾ ਤੋਂ ਇੱਕ 9:15 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜਤਿੰਦਰ ਬਾਲੀ ਵੱਲੋਂ ਕਾਲ ਕੀਤੀ ਗਈ ਸੀ, ਜਿਹਨਾਂ ਦੇ ਮਾਮਾ ਜੀ ਬਾਹਰ ਗਏ ਹੋਏ ਤੇ ਵਿਦੇਸ਼, ਜਿਹਨਾਂ ਦੇ ਬੰਦ ਕੋਠੀ ਦੇ ਗੇਟ ਟੇਕ ਰਹਿ ਗਏ। ਇਹਨਾਂ ਜਦੋਂ ਆ ਕੇ ਅੱਜ ਚੈੱਕ ਕੀਤਾ ਤਾਂ ਬੰਦ ਕੋਠੀ 'ਚੋਂ ਟੂਟੀਆਂ ਲਾ ਜਾਂਗੇ। ਤੇ ਕਿੰਨਾ ਕੁ ਨੁਕਸਾਨ ਹੋ ਗਿਆ ਸਰ? ਨੁਕਸਾਨ ਵੀ ਦੱਸਦੇ 10-15 ਹਜ਼ਾਰ ਰੁਪਏ ਦੀ ਟੁੱਟੀਆਂ ਦਾ। ਤੇ ਕਿਹੜੇ ਰੋਡ ਦੇ ਉੱਪਰ ਹੈ ਇਹ? ਧਰਮਕੋਟ ਮੁਹੱਲੇ ਦੀ ਬੈਕ ਸਾਈਡ ਹੈਗਾ ਜੀ, ਕੀਰਤੀ ਨਗਰ ਦੇ ਸਾਹਮਣੇ ਕਲੀ ਨੰਬਰ 2। ਕੋਈ CCTV ਕੈਮਰੇ 'ਚ ਆਇਆ ਹੋਵੇ? ਜੋ ਬਿਆਨ ਹੋਣਗੇ ਉਹਦੇ ਮੁਤਾਬਕ ਕਰਦੇ। ਕੋਈ CCTV ਕੈਮਰੇ 'ਚ ਬੰਦਾ ਆਇਆ ਹੋਵੇ? ਅਜੇ ਪਾਰਕ ਚੈੱਕ ਕਰ ਰਿਹਾ ਜੀ, ਚੈੱਕ ਕਰ ਰਿਹਾ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਮਰਦਾਨਾ ਕਮਜ਼ੋਰੀ ਦੂਰ ਕਰਨ ਦੇ ਮਾਹਿਰ, ਤਾਕਤ, ਜੋਸ਼ ਅਤੇ ਜਵਾਨੀ ਦੀ ਆਖਰੀ ਉਮੀਦ, ਕਦੋਂ ਤੱਕ ਗੁਪਤ ਰੋਗਾਂ ਨੂੰ ਬਚਾਉਂਦੇ ਰਹੋਗੇ? ਅਨੇਕ ਡਾਕਟਰਾਂ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਹੋ, ਨਿਰਾਸ਼ ਹੋ ਚੁੱਕੇ ਹੋ, ਪਰੇਸ਼ਾਨ ਰੋਗੀ, ਅੱਜ ਹੀ ਸੰਪਰਕ ਕਰਨ। ਉਮਰ ਹੋਵੇ 25 ਜਾਂ 80, ਹੁਣ ਹੋਵੇਗਾ ਪੱਕਾ ਇਲਾਜ। ਦਰ ਦਰ ਨਾ ਭਟਕੋ। ਕਾਂਤ, ਸ਼ਿਗਰ ਪਤਨ, ਘੱਟ ਸ਼ਕਰਾਣੂ, ਸੁਪਨ ਦੋਸ਼, ਨਾਮਰਦੀ, ਮਰਦਾਨਾ ਕਮਜ਼ੋਰੀ, ਇੱਕ ਵਾਰ ਜ਼ਰੂਰ ਅਜ਼ਮਾਓ। ਮੈਂ ਵਾਅਦਾ ਕਰਦਾ ਹਾਂ ਤੁਸੀਂ ਨਿਰਾਸ਼ ਨਹੀਂ ਹੋਵੋਗੇ। ਵਰਮਾ ਦਵਾਖਾਨਾ, ਨੀਅਰ ਨਾਈਆਂ ਵਾਲਾ ਚੌਂਕ, ਫਗਵਾੜਾ। ਮੋਬਾਈਲ ਨੰਬਰ 9850 6460, 9850 6460।